ਸਾਡੀ ਸਿਰਫ ਬੇਨਤੀ ਇੰਨੀ ਹੀ ਹੈ ਕਿ ਹੱਕ ਦੇ ਦੇ ਜਿਹੜਾ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਉਹਨਾਂ ਨੂੰ ਬਾਹਰ ਆਉਣ ਦਾ ਹੱਕ ਹੈ ਪੁੱਤਰ ਨੂੰ ਪਿਓ ਦੀ ਗੋਦੀ ਚੜ੍ਹਨ ਦਾ ਹੱਕ ਹੈ ਖੋਬੋ ਧੀ ਨੂੰ ਪਿਓ ਕੋਲ ਬਹਿਣ ਦਾ ਹੱਕ ਹੈ ਖੋਬੋ ਘਰਵਾਲੀ ਨੂੰ ਇੱਧਰ ਸੁਣ ਧਿਆਨ ਇੱਧਰ ਰੱਖਿਓ ਬਈ ਘਰਵਾਲੀ ਨੂੰ ਆਪਣੇ ਪਤੀ ਕੋਲ ਬਹਿਣ ਦਾ ਦੁੱਖ ਸੁੱਖ ਫੋਲਣ ਦਾ ਬੋਲ ਦਿਓ ਦੁੱਖ ਸੁੱਖ ਫੋਲਣ ਦਾ ਹੱਕ ਹੈ ਜੀ ਪਿਓ ਨੂੰ ਮਾਂ ਨੂੰ ਆਪਣੇ ਪੁੱਤਰ ਕੋਲ ਬਹਿਣ ਦਾ ਹੱਕ ਹੈ ਤਰਸਦੀਆਂ ਨੇ ਅੱਖਾਂ 18-18, 20-20 ਸਾਲਾਂ ਦੇ 25-25 ਸਾਲਾਂ ਦੇ ਜੇਲ੍ਹਾਂ 'ਚ ਹੀ ਬੰਦ ਨੇ ਉਹਨਾਂ ਦਾ ਵੀ ਦਿਲ ਕਰਦਾ ਜਿਵੇਂ ਹੁਣ ਵੇਖੋ ਸਾਰੇ ਘਰਾਂ ਨੂੰ ਚੱਲੇ ਹਾਂ ਆਪਾਂ ਸਭ ਦਾ ਦਿਲ ਕਰਦਾ ਆਪਣੇ ਘਰ ਬੈਠੀਏ ਹੱਕ ਹੈ ਭਾਈ ਇਹ ਹੱਕ ਨਾ ਖੋਵੋ ਬਸ ਇਹਨੂੰ ਹੀ ਬੇਨਤੀ